ਸੰਗਰੂਰ ਵਾਲੀ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਚਲੀ ਗਈ ਹੈ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਸੰਗਰੂਰ ਵਾਲੀ ਸੀਟ ਆਮ ਆਦਮੀ ਪਾਰਟੀ ਲਈ ਇੱਕ ਪਾਸੇ ਬਾਕੀ ਸਾਰੀਆਂ 12 ਦੀਆਂ 12 ਸੀਟਾਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇਹ ਵਕਾਰੀ ਸੀਟ ਸੀ ਤੇ ਗੁਰਮੀਤ ਸਿੰਘ ਮੀਤ ਹੇਰ ਤੇ ਉਹਨਾਂ ਨੇ ਭਰੋਸਾ ਜਤਾਇਆ ਸੀ ਤੇ ਮੀਤ ਹੇਰ ਨੇ ਇਹ ਸੀਟ ਹੈ ਜਿਹੜੀ ਉਹ ਮੁੱਖ ਮੰਤਰੀ ਦੀ ਝੋਲੀ ਵਿੱਚ ਪਾ ਦਿੱਤੀ ਹੈ ਦੂਸਰੇ ਪਾਸੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵਾਲੀ ਸੀਟ ਜਿੱਤ ਕੇ ਕਾਂਗਰਸ ਨੂੰ ਇੱਕ ਨਵਾਂ ਸਾਹ ਦਿੱਤਾ ਹੈ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਲੈ ਕੇ ਗਏ ਸੀ ਲੋਕਾਂ ਦੇ ਵਿੱਚ 50 ਉਹ ਕੰਮ ਜਿਹੜੇ ਉਹਨਾਂ ਨੇ ਸੀਐਮ ਰਹਿੰਦੇ ਆ ਪੰਜਾਬ ਦੇ ਲਈ ਕੀਤੇ ਸੀ ਉਹ ਦਾਵਾ ਕਰਦੇ ਸੀ ਕਿ ਮੈਂ ਇਹ 50 ਕੰਮ ਕੀਤੇ ਨੇ ਉਹ 50 ਕੰਮ ਕਿਹੜੇ ਸੀਗੇ ਉਹ ਹੁਣ ਇੰਨਾ ਡਿਟੇਲ ਦੇ ਵਿੱਚ ਅਸੀਂ ਦੱਸ ਨਹੀਂ ਸਕਦੇ ਤੁਸੀਂ ਜਿਨ੍ਹਾਂ ਨੇ ਸੁਣਿਆ ਹੋਣਾ ਜਲੰਧਰ ਵਾਲਿਆਂ ਨੇ ਉਹ ਤੁਸੀਂ ਖੁਦ ਫੈਸਲਾ ਕਰ ਸਕਦੇ ਹੋ ਕਿ ਪੰਜਾਬ ਦੇ ਸੀਐਮ ਹੁੰਦੇ ਆ ਉਹਨਾਂ ਨੇ 50 ਕੰਮ ਕੀਤੇ ਸੀ ਤੁਹਾਡੇ ਲਈ ਜਾਂ ਨਹੀਂ ਕੀਤੇ ਸੀ ਪਰ ਸਚਾਈ ਹੈ ਕਿ ਤੁਸੀਂ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਚਰਨਜੀਤ ਸਿੰਘ ਚੰਨੀ ਹੁਣ ਵਿਧਾਨ ਸਭਾ ਨਹੀਂ ਲੋਕ ਸਭਾ ਚ ਬੁੰਜਿਆ ਕਰਨਗੇ ਖਬਰਾਂ ਹੁਣ ਹੋਰ ਤੁਹਾਨੂੰ ਕੁਛ ਪੰਜਾਬ ਤੋਂ ਇਲਾਵਾ ਬਾਕੀ ਦੇਸ਼ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਸਾਰੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਦਿੰਦੇ ਹਾਂ ਸਭ ਤੋਂ ਪਹਿਲਾਂ ਯੂਪੀ ਦੀ ਗੱਲ ਕਰ ਰਹੇ ਹਾਂ ਇੱਥੇ ਕਾਂਗਰਸ 7 ਸੀਟਾਂ ਤੇ ਅੱਗੇ ਚੱਲ ਰਹੀ ਹੈ ਆਰਐਲਡੀ 2 ਸੀਟਾਂ ਤੇ ਅੱਗੇ ਹੈ ਸਮਾਜਵਾਦੀ ਪਾਰਟੀ 33 ਸੀਟਾਂ ਤੇ ਅੱਗੇ ਚੱਲ ਰਹੀ ਹੈ ਬੀਜੇਪੀ ਤੇ ਐਸਪੀ ਦੇ ਵਿੱਚ ਇੱਥੇ ਕਰੜਾ ਮੁਕਾਬਲਾ ਹੈ 37 ਤੇ 33 ਬੀਜੇਪੀ 37 ਸੀਟਾਂ ਤੇ ਅੱਗੇ ਹੈ ਸਮਾਜਵਾਦੀ ਪਾਰਟੀ ਅਖਲੇਸ਼ ਯਾਦਵ ਦੀ ਪਾਰਟੀ 33 ਸੀਟਾਂ ਤੇ ਅੱਗੇ ਹੈ 2019 ਦੇ ਵਿੱਚ ਸਮਾਜਵਾਦੀ ਪਾਰਟੀ ਦੇ ਹਿੱਸੇ ਮਸਈ ਪੰਜਕ ਸੀਟਾਂ ਮੈਨੂੰ ਲੱਗਦਾ ਹੈ ਆਈਆਂ ਨੇ ਜੇ ਮੈਂ ਗਲਤ ਨਾ ਹੋਵਾਂ ਤੇ ਹੁਣ ਐਤਕੀ ਜਿਹੜਾ ਹੈਗਾ ਸਮਾਜਵਾਦੀ ਪਾਰਟੀ 33 ਸੀਟਾਂ ਤੱਕ ਚਲੀ ਗਈ ਹੈ ਤੇ ਕਾਂਗਰਸ 7 ਸੀਟਾਂ ਤੇ ਯਾਨੀ ਕਿ ਸਮਾਜਵਾਦੀ ਪਾਰਟੀ ਤੇ ਕਾਂਗਰਸ ਇੱਥੇ ਗੱਠ ਜੋੜ ਦੀਆਂ ਪੂਰੀਆਂ 40 ਸੀਟਾਂ ਹੋ ਗਈਆਂ ਨੇ ਤੇ ਬੀਜੇਪੀ ਜਿਹੜੀ ਉਹ 37 ਸੀਟਾਂ ਤੇ ਰਹਿ ਗਈ ਹੈ ਉਸ ਤੋਂ ਬਾਅਦ ਪੱਛਮੀ ਬੰਗਾਲ ਦੇ ਵਿੱਚ ਵੀ ਬੀਜੇਪੀ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਮਮਤਾ ਬੇਨਰਜੀ ਦੀ ਟੀਐਮਸੀ ਤ੍ਰਿੰਮੂਲ ਕਾਂਗਰਸ ਪਾਰਟੀ ਅੱਠ ਸੀਟਾਂ ਦੇ ਮੂਰੇ ਚੱਲ ਰਹੀ ਹੈ ਬੀਜੇਪੀ ਸਿਰਫ ਤੇ ਸਿਰਫ ਮਾਫ ਕਰਨਾ ਟੀਐਮਸੀ 28 ਸੀਟਾਂ ਤੇ ਮੂਰੇ ਚੱਲ ਰਹੀ ਹੈ ਤੇ ਬੀਜੇਪੀ ਸਿਰਫ 8 ਸੀਟਾਂ ਦੇ ਮੂਰੇ ਹੈ ਕਾਂਗਰਸ 2 ਸੀਟਾਂ ਦੇ ਮੂਰੇ ਹੈ ਸੀਪੀਆਈਐਮ 1 ਸੀਟ ਤੇ ਮੂਰੇ ਹੈ ਰਾਜਸਥਾਨ ਦੀਆਂ 25 ਸੀਟਾਂ ਦਾ ਰੁਝਾਨ ਵੀ ਸਾਡੇ ਸਾਹਮਣੇ ਹੈ ਇੱਥੇ ਭਾਜਪਾ 14 ਸੀਟਾਂ ਦੇ ਮੂਰੇ ਹੈ ਕਾਂਗਰਸ 8 ਸੀਟਾਂ ਦੇ ਮੂਰੇ ਹੈ ਸੀਪੀਆਈਐਮ ਇੱਕ ਸੀਟ ਤੇ ਮੂਰੇ ਹੈ ਆਰਐਲਟੀਪੀ ਇੱਕ ਸੀਟ ਤੇ ਮੂਰੇ ਹੈ ਤੇ ਇੱਕ ਸੀਟ ਤੇ ਆਜ਼ਾਦ ਉਮੀਦਵਾਰ ਮੂਰੇ ਚੱਲ ਰਹੇ ਨੇ ਸੋ ਕਾਂਗਰਸ 8 ਸੀਟਾਂ ਤੇ ਹੈ ਇੱਥੇ ਰਾਜਸਥਾਨ ਦੇ ਵਿੱਚ ਵੀ ਵੱਡੇ ਉਲਟਫੇਰ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਪਰ ਭਾਜਪਾ ਹਾਲੇ ਲੀਡ ਦੇ ਵਿੱਚ ਹੈ 6 ਸੀਟਾਂ ਮੂਰੇ ਹੈ ਭਾਜਪਾ ਕਾਂਗਰਸ ਦੇ ਨਾਲੋ ਸੀਪੀਆਈਐਮ ਇੱਕ ਸੀਟ ਤੇ ਹੈ ਕੁੱਲ ਮਿਲਾ ਕੇ ਵੀ ਜੇ ਬਾਕੀ ਸੀਟਾਂ ਦੇਖ ਲਈਏ ਤਾਂ ਸਾਰੀਆਂ ਕੁੱਲ ਮਿਲਾ ਕੇ ਵੀ ਭਾਜਪਾ ਦੇ ਬਰਾਬਰ ਨਹੀਂ ਖੜਦੀਆਂ Rajasthan ਦੇ ਵਿੱਚ BJP ਐਤ ਕੀ ਫੇਰ ਵੜਤ ਦੇ ਵਿੱਚ ਦਿਖਾਈ ਦੇ ਰਹੀ ਹੈ ਇਹ ਵੱਖ-ਵੱਖ ਸੂਬਿਆਂ ਦੀ ਜਾਣਕਾਰੀ ਅਸੀਂ ਤੁਹਾਨੂੰ ਦੇ ਰਹੇ ਹਾਂ BJP ਕੁੱਲ ਮਿਲਾ ਕੇ 543 ਦੇ ਵਿੱਚੋਂ 290 ਸੀਟਾਂ ਤੇ ਜਿਹੜਾ ਲੀਡ ਦੇ ਵਿੱਚ ਚੱਲ ਰਹੀ ਹੈ ਇੰਡੀਆ ਗੱਟਜੋੜ 230 ਸੀਟਾਂ ਤੇ ਲੀਡ ਦੇ ਵਿੱਚ ਹੈ ਇੰਡੀਆ ਗੱਟਜੋੜ ਵੀ ਕੋਈ ਪਿੱਛੇ ਨਹੀਂ ਹੈ ਪਰ 272 ਵਾਲੇ ਅੰਕੜੇ ਦੇ ਕੋਲ ਕਾਂਗਰਸ ਤੇ ਇੰਡੀਆ ਗੱਟਜੋੜ ਹਾਲੇ ਨਹੀਂ ਪਹੁੰਚਿਆ ਬਾਕੀਆਂ ਦੀਆਂ ਵੀ 23 ਸੀਟਾਂ ਹੈਗੀਆਂ ਨੇ ਰੇਸ ਦੇ ਵਿੱਚ ਜੇ ਬਾਕੀਆਂ ਦੀਆਂ ਵੀ ਕਾਂਗਰਸ ਨਾਲ ਮਿਲਾ ਲਵੇ ਤਾਂ ਵੀ 272 ਦਾ ਅੰਕੜਾ ਨਹੀਂ ਪਾਰ ਕਰ ਸਕਦੀ ਪਰ ਜਦੋਂ ਭਾਜਪਾ 290 ਤੇ ਚੱਲ ਰਹੀ ਹੈ ਜੇ ਇੰਨੀਆਂ ਤੇ ਹੀ ਨਤੀਜਾ ਰਿਹਾ ਤਾ ਫਿਰ ਕਹਾਣੀ ਹੈ ਜਿਹੜੀ ਉਹ ਬੀਜੇਪੀ ਦੇ ਹੱਕ ਵਿੱਚ ਜਾ ਸਕਦੀ ਹੈ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਨੂੰ ਝਟਕਾ ਲੱਗਿਆ ਹੈ ਮਮਤਾ ਬੇਨਰਜੀ ਦੀ ਟੀਐਮਸੀ 28 ਸੀਟਾਂ ਤੇ ਅੱਗੇ ਹੈ ਪੱਛਮੀ ਬੰਗਾਲ ਤਾਂ ਬੀਜੇਪੀ ਦੇ ਕੋਲ ਇੰਨੀ ਛੇਤੀ ਨਹੀਂ ਜਾ ਸਕਦਾ ਜਿਸ ਤਰੀਕੇ ਦੇ ਸਮੀਕਰਣ ਨੇ ਫੇਰ ਪਰ ਫਿਰ ਵੀ ਬੀਜੇਪੀ ਇੱਥੇ 8 ਸੀਟਾਂ ਤੇ ਅੱਗੇ ਹੈ ਇਹ ਵੀ ਭਾਜਪਾ ਦੇ ਲਈ ਇੱਕ ਵੱਡੀ ਗੱਲ ਹੈ ਭਾਜਪਾ ਦੇ ਲਈ ਇੱਕ ਇੱਥੇ ਆਪਾਂ ਕਹਿ ਸਕਦੇ ਸੁਧਾਰ ਹੈ ਪਰਫਾਰਮੈਂਸ ਦੇ ਵਿੱਚ ਕਾਂਗਰਸ ਇੱਥੇ ਦੋ ਸੀਟਾਂ ਤੇ ਮੂਰੇ ਹੈ ਸੀਪੀਆਈਐਮ ਇੱਕ ਸੀਟ ਤੇ ਮੂਰੇ ਹੈ ਟੀਐਮਸੀ ਤੇ ਕਾਂਗਰਸ ਨੇ ਜਿਹੜੇ ਉਹ ਆਪਸ ਦੇ ਵਿੱਚ ਗੱਠ ਜੋੜ ਦੇ ਵਿੱਚ ਨੇ ਪਰ ਲੋਕ ਸਭਾ ਸੀਟਾਂ ਵੱਖੋ ਵੱਖਰੇ ਲੜ ਰਹੇ ਨੇ ਮਮਤਾ ਬਨਰਜੀ ਨੇ ਕਹਿ ਦਿੱਤਾ ਸੀ ਕਿ ਗੱਠ ਜੋੜ ਤੋਂ ਵੱਖੋ ਕੇ ਸੀਟਾਂ ਲੜੇਗੀ ਸੋ 28 ਤੇ 2 30 ਸੀਟਾਂਾਂ ਦੀਆਂ ਬਣ ਜਾਂਦੀਆਂ ਨੇ ਹੁਣ ਆ ਗਈ ਵਾਰੀ ਕੇਰਲਾ ਦੀ ਕੇਰਲਾ ਦੇ ਵਿੱਚ ਇੰਡੀਆ ਗੱਠਜੋੜ ਦੀ ਵੱਡੀ ਜਿੱਤ ਦਿਖਾਈ ਦੇ ਰਹੀ ਹੈ ਕਾਂਗਰਸ ਦੇ ਕੋਲ 13 IUML ਦੇ ਕੋਲ ਦੋ ਸੀਟਾਂ ਜਾ ਰਹੀਆਂ ਨੇ BJP ਸਿਰਫ ਦੋ ਸੀਟਾਂ ਤੇ CPI(M) ਕੋਲ ਇੱਕ ਸੀਟ KEC ਇੱਕ ਸੀਟ RCP RSP ਇੱਕ ਸੀਟ ਤੇ ਮੂਰੇ ਜਾ ਰਹੀ ਹੈ ਸੋ ਇਹ ਕੇਰਲਾ ਦਾ ਜਿਹੜਾ ਫਤਵਾ ਹੈ ਮੱਧ ਪ੍ਰਦੇਸ਼ ਤੋਂ ਇੰਡੀਆ ਗਾਟ ਜੋੜ ਨੂੰ ਵੱਡਾ ਝਟਕਾ ਲੱਗਿਆ ਕੇਰਲਾ ਦੇ ਵਿੱਚ ਇੰਡੀਆ ਗਾਟ ਜੋੜ ਨੇ ਜਬ ਬੀਜੇਪੀ ਨੂੰ ਝਟਕਾ ਦਿੱਤਾ ਤਾਂ ਮੱਧ ਪ੍ਰਦੇਸ਼ ਦੇ ਵਿੱਚ ਇੰਡੀਆ ਗਾਟ ਜੋੜ ਨੂੰ ਵੱਡਾ ਝਟਕਾ ਬੀਜੇਪੀ 28 ਦੀਆਂ 28 ਸੀਟਾਂ ਤੇ ਮੂਹਰੇ ਚੱਲ ਰਹੀ ਹੈ ਕਾਂਗਰਸ ਸਿਰਫ 0 ਸੀਟ ਤੇ ਹੀ ਮੂਹਰੇ ਚੱਲ ਰਹੀ ਹੈ ਯਾਨੀ ਕਿ ਇੱਕ ਵੀ ਸੀਟ ਤੇ ਕਾਂਗਰਸ ਮੂਹਰੇ ਨਹੀਂ ਚੱਲ ਰਹੀ ਅਸਾਮ ਦੇ ਵਿੱਚ ਬੀਜੇਪੀ ਨੂੰ ਰੁਝਾਨਾਂ ਦੇ ਵਿੱਚ ਵਾਧਾ ਮਿਲਿਆ ਹੈ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਮਨੀਸ਼ ਦਿਵਾੜੀ 5027 ਵੋਟਾਂ ਦੇ ਨਾਲ ਅੱਗੇ ਨੇ ਅਸਾਮ ਦੇ ਵਿੱਚ ਬੀਜੇਪੀ 8 ਕਾਂਗਰਸ 4 ਯੂਪੀਪੀਐਲ 1 ਏਜੀਪੀ 1 ਸੀਟ ਤੇ ਮੂਹਰੇ ਚੱਲ ਰਹੇ ਨੇ ਸੁਮੱਧ ਪ੍ਰਦੇਸ਼ ਦੇ ਵਿੱਚ ਇੰਡੀਆ ਗੜ ਜੋੜ ਨੂੰ ਵੱਡਾ ਝਟਕਾ ਲੱਗਿਆ ਹੈ ਇੱਥੇ ਕਾਂਗਰਸ ਇੱਕ ਵੀ ਸੀਟ ਤੇ ਮੂਰੇ ਨਹੀਂ ਜਾ ਰਹੀ। ਭਾਜਪਾ 28 ਸੀਟਾਂ ਤੇ ਮੂਰੇ ਐ ਤੇ ਕਾਂਗਰਸ ਇੱਕ ਵੀ ਸੀਟ ਤੇ ਮੂਰੇ ਨਹੀਂ ਹੈ। ਇਸ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਲਗਾਤਾਰ ਸਹੀ ਤੇ ਸਟੀਕ ਨਤੀਜੇ ਅਸੀਂ ਦਿਖਾ ਰਹੇ ਹਾਂ।